ਈਟੀਸੀ ਦੇ ਵਿੱਚ ਗਾਓ ਸੱਚੀ ਬਾਣੀ ਦੇਖਦੇ ਹੋ ਨਾ, ਇਹ ਕੰਟੈਸਟੈਂਟ ਪ੍ਰਤੀ ਹੋਗੀ ਅਤੇ ਇਹ ਵੀ ਸਾਡੇ ਆਏ ਉਗੀ ਜੀ ਹਰਵਿੰਦਰ ਸਿੰਘ ਜੀ, ਇਹ ਦੂਜੇ ਸਥਾਨ 'ਤੇ ਆਏ ਨੇ, ਇਹਨਾਂ ਦੇ ਸ਼ਾਗਿਰਦ ਨੇ ਅਤੇ ਭਾਈ ਮਨਪ੍ਰੀਤ ਸਿੰਘ ਜੀ, ਇਹਨਾਂ ਦਾ ਕੀਰਤਨ ਆਪ ਜੀ ਪੀਟੀਸੀ ਦੇ ਵਿੱਚ ਸੁਣਦੇ ਵੀ ਰਹੇ, ਬੜੇ ਸੁਰੇਲੇ ਨੇ, ਸਤਿਗੁਰੂ ਕਿਰਪਾ ਕਰਨ ਆਓ ਸਾਰੇ ਮਿਲ ਕੇ ਆਪ ਜੀ ਨੂੰ। ਭਾਈ ਸੁਖਵਿੰਦਰ ਸਿੰਘ ਬੋਧਕ ਜੀ ਮੇਰੇ ਛੋਟੇ ਤਬਲੇ 'ਤੇ ਬਹੁਤ ਗੁਣੀ ਜਿਹਨਾਂ ਦੇ ਦਾਦਾ ਜੀ, ਭਾਈ ਅੰਸ਼ਦੀਪ ਸਿੰਘ ਜੀ ਤਾਂ ਉਸ 'ਤੇ ਰਬਾਬ 'ਤੇ, ਭਾਈ ਗੋਬਿੰਦਪ੍ਰੀਤ ਸਿੰਘ ਜੀ ਸਰੰਦੇ 'ਤੇ, ਭਾਈ ਯੋਧਵੀਰ ਸਿੰਘ ਜੀ ਆਓ ਬੜੇ ਇਹਨਾਂ ਤੋਂ ਪਾਸਾ ਕੀਰਤਨ ਸੁਣ। ਜਿਹਨਾਂ ਤੋਂ ਸਾਰੇ ਵੱਲ ਜਿੰਨਾ ਕੁਝ ਸਿੱਖੇ ਜੀ, ਉਸਤਾਦ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਸਾਰੀ ਦੁਨੀਆ ਦੇ ਵੱਡੇ ਵੱਡੇ ਕਲਾਸੀਕਲ ਸੰਗੀਤਕਾਰਾਂ ਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਹੈ ਅਤੇ ਉਹਨਾਂ ਵੱਡੇ ਵੱਡੇ ਗਾਇਕਾਂ ਵਾਲਪਾ ਨੇ ਇਹਨਾਂ ਦੀਆਂ ਕੰਪੋਜੀਸ਼ਨਾਂ ਦਾ ਗਾਇਨ ਕੀਤਾ ਹੈ ਅਤੇ ਵਾਧਨ ਕੀਤਾ ਹੈ ਸ਼ਬਦ ਨਾਲ ਪ੍ਰੋਜੈਕਟ ਦੇ ਵਿੱਚ। ਜਿਹਨਾਂ ਉਸਤਾਦਾਂ ਨੂੰ ਮਿਲਣਾ ਹੀ ਬਹੁਤ ਮੁਸ਼ਕਿਲ ਹੈ, ਉਹਨਾਂ ਨੇ ਬੜੇ ਖਿੜੇ ਮੱਥੇ ਰੱਖੇ ਇਹਨਾਂ ਦੀਆਂ ਕੰਪੋਜੀਸ਼ਨਾਂ ਅਤੇ ਪ੍ਰੋਜੈਕਟ ਵਿੱਚ ਬੜੀ ਖੁਸ਼ੀ ਦੇ ਨਾਲ ਗਾਇਨ ਕੀਤਾ। ਇੰਨੇ ਵੱਡੇ ਉਸਤਾਦ ਅਣਗਿਣਤ ਬੱਚਿਆਂ ਨੂੰ ਰਾਗਾਤਮਕ ਕੀਰਤਨ ਦੀ ਸਿਖਲਾਈ ਦਿੱਤੀ ਹੈ। ਜਿਵੇਂ ਉਸਤਾਦ ਜੀ ਨੇ ਦੱਸਿਆ, ਗੁਰੂ ਮਹਾਰਾਜ ਦੀ ਬਾਣੀ ਰਾਗਾਤਮਕ ਹੈ, ਇਕੱਤੀ ਨਿਰਧਾਰਿਤ ਰਾਗ ਨਾਲ ਇਕੱਤੀ ਰਾਗ ਨਾਲ ਟੋਟਲ ਪਾਠ ਵਾਰਾਂ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਹੈ। ਸੋ ਉਸਤਾਦ ਜੀ ਨੇ ਬੜੇ ਸੁਜਨ ਤਿਆਰ ਕੀਤੇ ਨੇ ਅਤੇ ਜਿਨ੍ਹਾਂ ਨੇ ਸੰਗੀਤ ਇਹਨਾਂ ਪਾਸੋਂ ਨਹੀਂ ਸਿੱਖਿਆ ਹੋਰ ਬਹੁਤ ਚੀਜ਼ਾਂ ਸਿੱਖੀਆਂ। ਮੈਂ ਉਸਤਾਦ ਜੀ ਦੀ ਸ਼ਖਸੀਅਤ ਤੋਂ ਬਹੁਤ ਮੁਤਾਸਰ ਹਾਂ। ਗੁਰਮੁਖ ਸੰਗੀਤ ਦੀਆਂ ਬਹੁਤ ਡੂੰਘੀਆਂ ਗੱਲਾਂ ਅਤੇ ਕੁਝ ਹੋਰ ਕਿਸੇ ਵੀ ਟੋਪਿਕ ਬਾਰੇ ਸਵਾਲ ਨਹੀਂ ਹੋਵੇ ਤਾਂ ਮੈਂ ਇਹਨਾਂ ਨੂੰ ਫੋਨ ਕਰ ਦੂੰ। ਕੋਟਾਰ ਤੋਂ ਸ਼ੁਕਰਾਨਾ ਹੈ ਗੁਰੂ ਮਹਾਰਾਜ ਜੀ ਦਾ, ਉਹਨਾਂ ਨੇ ਸੰਗਤ ਦੇ ਅਪਾਰ ਬਖਸ਼ਿਸ਼ ਕੀਤੀ ਹੈ, ਦੀਵਾਨ ਸਜੇ ਹਨ, ਸਮੂਹ ਗੁਰੂ ਮਹਾਰਾਜ ਜੀ ਦੇ ਪਿਆਰੇ ਬਾਬਾ ਜੀ ਇੱਥੇ ਬੈਠੇ ਹਨ, ਉਹਨਾਂ ਦਾ ਧੰਨਵਾਦ ਹੈ ਦਾ ਸਾਨੂੰ ਰਾਗ ਦਰਬਾਰ ਵਿੱਚ ਹਾਜ਼ਰ ਕਰਨ ਦਾ ਅਵਸਰ ਪ੍ਰਦਾਨ ਕੀਤਾ ਹੈ। ਗੁਰਮੁਖ ਸੰਗੀਤ ਦਾ ਵੀ ਮਹਾਰਾਜ ਰਾਗ ਮਾਲੀ ਵਾਲਾ ਉਸਦਾ ਗਾਇਨ ਕਰਨ ਦੀ ਆਪ ਸੰਗਤ ਤੋਂ ਇਜਾਜ਼ਤ ਚਾਹੁੰਦਾ ਹੈ। ਭਗਤਾਂ ਦੀ ਬਾਣੀ ਰਹਾਉ ਦੀ ਪੰਕਤੀ ਦੀ ਸਥਾਈ ਹੈ, ਸਭ ਹੈ ਘੱਟ ਰਾਮ ਬੋਲ ਹੈ, ਰਾਮ ਰਾਮ ਹੈ, ਰਾਮ ਰਾਮ ਬੋਲ ਹੈ। ਗੁਰਸ਼ਬਦ ਕੁਰਬਾਨ ਕਰੋ ਜੀ, ਕੀਰਤਨ ਦੀ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਡੰਡਾ ਲੰਬੇ ਤੋਂ ਵਾਹ
Thank you.
Thank you.
Oh.
Mm-hmm.
Oh.
Thank you.
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਆਦਰ ਦੇਣਾ ਮੈਂ ਆਪਣੇ ਕਾਸ ਤਤ ਮਾਲੇ ਤਤ ਸਿਆਲਾ ਗ੍ਰਹਿ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਮਾਰਾ ਮੀਤ ਮਨ ਵਿਲਾਸ ਭਰੇ ਸਾਹਿਬ ਕੇ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਕੀਰਤਨ ਦਰਬਾਰ ਹੈ ਰਾਗ ਵਿੱਚ ਸੋ ਜੀਓ ਆਇਆ ਇਹਨਾਂ ਨੂੰ ਜਥਿਆਂ ਨੂੰ ਜਿੰਨੇ ਕਰਮ ਚੱਕ ਕੇ ਆਏ ਨੇ ਸਿਰ ਮੱਥੇ ਤੇ ਗੁਰੂ ਮਹਾਰਾਜ ਹੋਰ ਬਖਸ਼ਿਸ਼ ਕਰਨ ਇਹਨਾਂ ਬੱਚਿਆਂ ਤੇ ਹੋਰ ਰਾਗ ਵਿਦਿਆ ਮਾਰਕ ਭੰਡਾਰੇ ਬਖਸ਼ਿਸ਼ ਕਰਨ ਇੱਕ ਸ਼ਬਦ ਦੀ ਹੁਣ ਹਾਰ ਜੀ ਜਿਵੇਂ ਭਾਈ ਸਾਹਿਬ ਕਵਨ ਜੀ ਕਹਿਣਗੇ ਹੋਰ ਅੱਗੇ ਜਥਾ ਕੋਈ ਨਾ ਕੋਈ ਹਾਂਜੀ ਇੱਕ ਸ਼ਬਦ ਦੀ ਹਾਰ ਜੀ ਪੰਜ ਸੱਤ ਮਿੰਟ ਵਾਸਤੇ ਉਸ ਤੋਂ ਉਪਰੰਤ ਅੰਤਮ ਅਰਦਾਸ ਭੋਗਾਂ ਦੀ ਜਿਹੜੀ ਆ ਹੋਣੀ ਹੈ ਸਾਰੇ ਪਿਆਰ ਸਤਿਕਾਰ ਸਾਹਿਬ ਸਮਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you.
ਕਿੰਨੇ ਕੀਤਾ ਬੰਬ ਦੱਸਦਾ ਕਿ ਨਹੀਂ